ਢੰਗ ਦੇ ਬਾਣੇ ਵਿੱਚ ਲੁੱਟਾ ਖੋਹਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਧੂਰੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ ਜਿਨ੍ਹਾਂ ਤੋਂ ਪੁਲਿਸ ਨੇ ਇੱਕ ਦੇਸੀ ਕੱਟਾ ਗੋਲੀਆਂ ਤੋਂ ਇਲਾਵਾ ਖੋਹ ਦੀ ਵਾਰਦਾਤ 'ਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਸ ਮੌਕੇ DSP ਧੂਰੀ ਰਚਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬੀਤੀ 13 ਜੁਲਾਈ ਨੂੰ ਹਲਕੇ ਦੇ ਪਿੰਡ ਕਿਲਾ ਹਕੀਮਾ ਦੇ ਨਜ਼ਦੀਕ ਨਹਿਰੀ ਪੱਟੜੀ ਤੋਂ ਪੀੜਤ ਜਗਸੀਰ ਸਿੰਘ ਵਾਸੀ ਬੜਬਰ ਤੋਂ 3 ਲੁਟੇਰਿਆਂ ਵਿੱਚੋਂ ਇੱਕ ਵੱਲੋਂ ਮੋਟਰਸਾਈਕਲ ਦੀ ਖੋਹ ਕੀਤੀ ਗਈ ਸੀ। ਇਸ ਮਾਮਲੇ ਵਿੱਚ ਸ਼ਾਮਿਲ ਦੋ ਦੋਸ਼ੀ ਨਿਹੰਗ ਦੇ ਬਾਣੇ ਵਿੱਚ ਸੀ ਅਤੇ ਇੱਕ ਵਿਅਕਤੀ ਮੋਨਾ ਸੀ ਜਿਨ੍ਹਾਂ ਕੋਲ ਕਿਰਪਾਨਾ ਸਮੇਤ ਹੋਰ ਤੇਜ਼ ਧਾਰ ਹਥਿਆਰ ਵੀ ਸਨ। ਨਿਹੰਗ ਦੇ ਬਾਣੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਇੱਕ ਸਾਥੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਉਕਤ ਦੋਸ਼ੀਆਂ ਨੇ ਪੁਲਿਸ ਰਿਮਾਂਡ ਦੌਰਾਨ ਮੰਨਿਆ ਕਿ ਇਹਨਾਂ ਦੋਵਾਂ ਨੇ ਆਪਣੇ 3 ਹੋਰ ਸਾਥੀਆਂ ਨਾਲ ਮਿਲ ਕੇ ਬੀਤੀ 15 ਜੁਲਾਈ ਨੂੰ ਵੀ ਥਾਣਾ ਸੈਨਾ ਦੇ ਇਲਾਕੇ ਵਿੱਚ ਇੱਕ ਮੋਟਰਸਾਈਕਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਸੰਬੰਧੀ 16 ਜੁਲਾਈ ਨੂੰ ਥਾਣਾ ਸੈਨਾ ਵਿਖੇ ਖੋਹ ਦਾ ਮਾਮਲਾ ਵੀ ਦਰਜ ਹੋਇਆ। ਆਜ਼ਾਦ TV ਨਿਊਜ਼ ਦੇ ਲਈ ਧੂਰੀ ਤੋਂ ਜਸਵੀਰ ਮਾਨ ਦੀ ਰਿਪੋਰਟ। 13 ਤਰੀਕ ਨੂੰ 13 ਜੁਲਾਈ ਨੂੰ ਜੋ ਕਿਲਾ ਹਕੀਮਾ ਇਹਨਾਂ ਪਲਟੀ ਨਾਲ ਮੋਟਰਸਾਈਕਲ ਖੋਇਆ ਸੀ। ਤਿੰਨੋਂ ਦੇ ਵਿੱਚ ਜਿਹੜੇ ਹੈਗੇ ਸੀ ਵਿਅਕਤੀ ਸੀ ਜਿਹੜੇ ਨਿਹੰਗਾਂ ਨੇ ਭੇਜਦੇ ਹੋਏ ਸੀ, ਉਹਨੂੰ ਅਸੀਂ 15 ਅਗਸਤ ਨੂੰ ਅਰੈਸਟ ਕੀਤਾ। ਜਿਹੜੇ 3 ਬੰਦੇ ਫਿਕਰ ਹੋਏ ਨੇ ਇਹਦੇ ਵਿੱਚ ਇੱਕ ਸੋਨੀ ਹੈ, ਦੂਸਰਾ ਬਘੇਲ ਸਿੰਘ ਤੇ ਇੰਦਰਜੀਤ ਸਿੰਘ। ਸੋਨੀ ਤੇ ਬਘੇਲ ਨੂੰ ਅਸੀਂ ਅਰੈਸਟ ਕਰ ਲਿਆ। ਇਹਨਾਂ ਕੋਲੋਂ ਜਿਹੜਾ ਮੋਟਰਸਾਈਕਲ ਆ ਉਹ ਚੋਰੀ ਦਾ ਔਰ ਕਵਰ ਕਰਾ ਲਿਆ। ਇੱਕ 315 ਬੋਰ ਇਹਨਾਂ ਤੋਂ ਜਿਹੜਾ ਦੇਸੀ ਪਿਸਤੌਲ ਅਤੇ ਔਰ ਜਿੰਦਾ ਕਾਰਤੂਸ ਔਰ ਖਾਲੀ ਕਾਰਤੂਸ ਬਰਾਮਦ ਕਰਾਏ ਨੇ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸਿਆਣੇ ਦੇ ਵਿੱਚ ਵੀ ਅਜਿਹੀ ਵਾਰਦਾਤ ਕੀਤੀ ਆ। ਉੱਥੇ ਇਹਨਾਂ ਦੇ ਨਾਲ ਸੋਨੀ ਅਤੇ ਬਘੇਲ ਤੋਂ ਇਲਾਵਾ 3 ਵਿਅਕਤੀ ਜਿਹੜੇ ਹੋਰ ਸ਼ਾਮਿਲ ਨੇ। ਇਸ ਤੋਂ ਇਲਾਵਾ ਇਹਨਾਂ ਦੇ ਜਿਹੜਾ ਪਿਛਲਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ, ਜਿਵੇਂ ਸਾਰਿਆਂ 'ਤੇ ਲੜਾਈ ਝਗੜੇ ਦੇ, ਚੋਰੀ ਦੇ ਔਰ NDP ਦੇ ਮੁਕੱਦਮੇ ਦਰਜ ਨੇ। ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਕੱਲ੍ਹ 3 ਦਿਨ ਸਾਡੇ ਰਿਮਾਂਡ 'ਤੇ ਨੇ ਅਤੇ ਹੋਰ ਕੁਛ ਕੁਛ ਅਸੀਂ ਤਬਦੀਲ। ਇਹ 3 ਜਿਹੜੇ ਦੋਸ਼ੀ ਨੇ ਇਹ ਨਿਹੰਗਾਂ ਦੇ ਭੇਸ 'ਚ ਰਹਿੰਦੇ ਨੇ, ਜ਼ਿਆਦਾਤਰ ਗੁਰਦੁਆਰਿਆਂ 'ਚ ਰਹਿੰਦੇ ਨੇ। ਇਹ ਰੋਕਦੇ ਨੇ ਬੰਦੇ ਨੂੰ ਤਾਂ ਉਹ ਰਸਤਾ ਪੁੱਛਦੇ ਨੇ, ਅਨੰਦਪੁਰ ਸਾਹਿਬ ਦਾ ਰਸਤਾ ਜਾਂ ਹੋਰ ਗੁਰਦੁਆਰਾ ਸਾਹਿਬ ਦਾ ਰਸਤਾ। ਜਦੋਂ ਉਹ ਆ ਜਾਂਦਾ ਤਾਂ ਰੋਕ ਲੈਂਦਾ ਅਤੇ ਨਾਲ ਦੀ ਨਾਲ ਇਹ ਖੋਹ ਕਰਕੇ ਜਿਹੜਾ ਮੋਟਰਸਾਈਕਲ ਆ ਜਾਂਦਾ। ਹਲਕੇ ਵਿੱਚ ਹੋਰ ਵੀ ਨਿਹੰਗ ਸਿੰਘਾਂ ਦੀ ਖੋਹ ਕੀਤੀ ਜਾਵੇਗੀ ਜਿਹੜਾ ਵੀ ਕੋਈ ਮਾੜਾ ਕ੍ਰਿਮੀਨਲ ਆ ਉਹਦੇ ਹਰਕ ਦੇ ਖਿਲਾਫ ਐਕਸ਼ਨ ਲਿਆ ਜਾਵੇ, ਚਾਹੇ ਉਹ ਕਿਸੇ ਤਰ੍ਹਾਂ ਦਾ। ਇਹਨਾਂ 382 IPC ਦਰਜ ਕੀਤਾ, ਹੁਣ 25-54 ਨਾੜ ਦਾ ਵਾਧਾ ਕੀਤਾ। ਇਹਨਾਂ ਦੇ ਨਾਲ ਹਾਂ 2-3 ਲੋਕ ਹੋਰ ਜਿਹੜੇ ਸਹਿਣ ਵਾਲੀ ਵਾਰਦਾਤ ਆ ਉਹਦੇ ਵਿੱਚ 3 ਲੋਕ ਹੋਰ ਫਿਗਰ ਹੋਏ ਨੇ ਅਤੇ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰਾਂਗੇ।